हाँ जी दोस्तों, किदा सारे उम्मीद है सारे चढ़ती कला दे विच होवोंगे। ते इसे चढ़ती कला दे नारे नू बुलंद करदे किताब दा रिव्यू लेके पेश होया हाँ। किताब दा नाम है शरारती तत्त। शरारती तत्त किताब दे लेखक हन मंगा सिंह अंटाल। इस किताब नू पबलिश कीता है JP पबलिशर ने। किताब दे कुल पन्ने ने 272 अते इसका जो पेपरबैक प्राइस रखे है 250 रुपए। ਇਹ ਕਿਤਾਬ ਸੱਚੀ ਕਥਾ ਤੇ ਆਧਾਰਿਤ ਹੈ, ਜਾਣੀ ਕਿ ਮੰਗਾ ਸਿੰਘ ਅੰਟਾਲ ਦੀ ਹੱਡ ਬੀਤੀ ਹੈ। ਜੋ ਉਹਨਾਂ ਨੇ ਆਪਣੇ ਪਿੰਡੇ ਤੇ ਹੰਡਾਇਆ ਉਸ ਨੂੰ ਸ਼ਬਦਾਂ ਦੇ ਰੂਪ ਵਿੱਚ ਦੇ ਕੇ ਪਾਠਕਾਂ ਸਾਹਮਣੇ ਪੇਸ਼ ਕੀਤਾ ਹੈ। ਤੇ ਤਾਂ ਕਿ ਤੁਸੀਂ ਇਸ ਕਿਤਾਬ ਤੋਂ ਸਬਕ ਲੈ ਕੇ ਜੋ ਵੀ ਨਸ਼ੇ ਵਿੱਚ ਗ੍ਰਸਤ ਨੇ ਜਾਂ ਜੋ ਵੀ ਮੋਟੀਵੇਸ਼ਨ ਚਾਹੁੰਦੇ ਨੇ ਤਾਂ ਉਹਨਾਂ ਨੂੰ ਇਸ ਕਿਤਾਬ ਤੋਂ ਮਿਲ ਸਕੇ। ਤੁਹਾਡੀ ਜਾਣਕਾਰੀ ਲਈ ਦੱਸਦਾ ਕਿ ਇਸ ਕਿਤਾਬ ਤੇ ਡਾਕੂਆਂ ਦਾ ਮੁੰਡਾ 2 ਫਿਲਮ ਬਣ ਰਹੀ ਹੈ, ਜਿਸ ਦੇ ਐਕਟਰ ਹਨ ਦੇਵ ਖਰੋੜ ਨੇ ਪਹਿਲਾਂ ਡਾਕੂਆਂ ਦਾ ਮੁੰਡਾ ਫਿਲਮ ਵੀ ਬਣਾਈ ਸੀ, ਉਹ ਵੀ ਇੱਕ ਪੰਜਾਬੀ ਦੀ ਕਿਤਾਬ 'ਤੇ ਹੀ ਬਣਾਈ ਸੀ, ਡਾਕੂਆਂ ਦਾ ਮੁੰਡਾ ਕਿਤਾਬ 'ਤੇ, ਜਿਹਦੇ ਲੇਖਕ ਨੇ ਮਿੰਟੂ ਗੁਰਸਰੀਆ। ਉਸ ਕਿਤਾਬ ਦੀ ਵੀਡੀਓ ਵੀ ਤੁਸੀਂ ਲਾਸਟ ਦੇ ਵਿੱਚ ਸਕਰੀਨ 'ਤੇ ਤੁਹਾਨੂੰ ਸ਼ੋ ਹੋਵੇਗੀ, ਤਾਂ ਉਸ ਨੂੰ ਕਲਿੱਕ ਕਰਕੇ ਤੁਸੀਂ ਉਸ ਵੀਡੀਓ ਨੂੰ ਦੇਖ ਸਕਦੇ ਹੋ। ਕਿਤਾਬ ਨੂੰ ਅਸੀਂ 6 ਹਿੱਸਿਆਂ ਦੇ ਵਿੱਚ ਵੰਡ ਕੇ ਦੇਖਾਂਗੇ। ਬਚਪਨ, ਸਕੂਲੀ ਜ਼ਿੰਦਗੀ, ਕਬੱਡੀ ਖਿਡਾਰੀ ਬਣਨਾ ਅਤੇ ਬਦਮਾਸ਼ੀ ਕਰਨਾ, ਲਾਸਟ 'ਤੇ ਨਸ਼ੇੜੀ ਬਣਨਾ ਅਤੇ ਅੰਤ ਦੇ ਵਿੱਚ ਇਹ ਸਾਰੀਆਂ ਹੀ ਗੱਲਾਂ ਤੋਂ ਪਾਰ ਕਰਕੇ ਅਸਲੀ ਹੀਰੋ ਬਣਨਾ। ਕਿਤਾਬ ਦੀ ਸ਼ੁਰੂਆਤ ਮੰਗੇ ਦੇ ਜਨਮ ਤੋਂ ਹੁੰਦੀ ਹੈ। ਉਸ ਤੋਂ ਬਾਅਦ ਬਚਪਨ ਦੀਆਂ ਸ਼ਰਾਰਤਾਂ ਤੋਂ ਲੈ ਕੇ ਕਬੱਡੀ ਖਿਡਾਰੀ ਬਣਨ ਤੱਕ ਦੀ ਗੱਲਬਾਤ ਲੇਖਕ ਪਾਠਕਾਂ ਸਾਹਮਣੇ ਰੱਖਦਾ ਹੈ। ਅਤੇ ਇਸ ਦੇ ਵਿੱਚ ਚਲਾਕੀ ਨਾਲ ਪਾਠਕਾਂ ਦੇ ਮਨ ਦੇ ਵਿੱਚ ਇੱਕ ਸ਼ਰਾਰਤੀ ਤੱਤ ਦਾ ਜੋ ਬੀਜ ਹੈ ਉਹ ਉਪਜ ਜਾਂਦਾ ਹੈ। ਜੋ ਮੰਗੇ ਦੀ ਪਰਸਨੈਲਿਟੀ ਸੀ ਉਹ ਪਾਠਕ ਦੇ ਇੱਕ ਮਨ ਦੇ ਵਿੱਚ ਬਣ ਜਾਂਦੀ ਹੈ ਕਿ ਇਹ ਅਸਲ ਦੇ ਵਿੱਚ ਹੀ ਸ਼ਰਾਰਤੀ ਤੱਤ ਸੀ। ਇਸ ਬੰਦੇ ਦੇ ਜੋ ਐਲੀਮੈਂਟ ਸੀ ਉਹ ਸਾਰੇ ਹੀ ਸ਼ਰਾਰਤੀ ਸੀ। ਇਹ ਜਿੱਥੇ ਵੀ ਜਾਂਦਾ ਸੀ, ਜਿੱਥੇ ਵੀ ਖੇਡਦਾ, ਸਕੂਲ ਜਾਂਦਾ, ਇਹਨੂੰ ਸ਼ਰਾਰਤਾਂ ਹੀ ਮਿਲਦੀਆਂ ਸੀ। ਤਾਂ ਉੱਦਾਂ ਦੀ ਪਰਸਨੈਲਿਟੀ ਪਾਠਕਾਂ ਦੇ ਮਨ ਦੇ ਵਿੱਚ ਰਚਾਉਣ 'ਚ ਲਿਖ ਕੇ ਇੱਥੇ ਕਾਮਯਾਬ ਰਹਿੰਦੇ ਨੇ। ਉਸ ਤੋਂ ਬਾਅਦ ਜਦੋਂ ਕਬੱਡੀ ਖਿਡਾਰੀ ਬਣ ਜਾਂਦੇ ਨੇ, ਸਾਰੇ ਕਿਤੇ ਇਹਨਾਂ ਦਾ ਨਾਮ ਹੋ ਜਾਂਦਾ ਹੈ ਪਟਿਆਲੇ ਏਰੀਏ 'ਚ, ਅਤੇ ਇੱਕ ਨੈਸ਼ਨਲ ਖਿਡਾਰੀ ਬਣ ਜਾਂਦੇ ਨੇ ਕਬੱਡੀ ਦੇ। ਅਤੇ ਉਸ ਤੋਂ ਬਾਅਦ ਇਹ ਬੈਲਪਣਾ ਆਉਣਾ ਸੁਭਾਵਿਕ ਜੀ ਗੱਲ ਹੈ, ਕਿਉਂਕਿ ਜਿਸ ਨੇ ਵੀ 80-90 ਦਾ ਦੌਰ ਦੇਖਿਆ ਉਦੋਂ ਜੋ ਵੀ ਕਬੱਡੀ ਖਿਡਾਰੀ ਰਹੇ ਨੇ ਜਾਂ ਪਹਿਲਵਾਨ ਰਹੇ ਨੇ ਤਾਂ ਉਹਨਾਂ ਦੇ ਵਿੱਚ ਬਦਮਾਸ਼ੀ ਵਾਲਾ ਕੀੜਾ ਐਟੋਮੈਟਿਕ ਹੀ ਜਾਗ ਜਾਂਦਾ ਸੀ, ਕਿਉਂਕਿ ਸਿਹਤ ਤਕੜੀ ਹੁੰਦੀ ਸੀ ਅਤੇ ਉਦੋਂ ਤਕੜੇ ਲੋਕਾਂ ਨੂੰ ਥੋੜ੍ਹਾ ਜ਼ਿਆਦਾ ਪੰਪ ਵੀ ਛਕਾਇਆ ਜਾਂਦਾ ਸੀ, ਉਹ ਗੱਲਾਂ ਬਾਤਾਂ ਹੁੰਦੀਆਂ ਸੀ। ਕਿਉਂਕਿ ਅੱਜ ਕੱਲ੍ਹ ਲੋਕਾਂ ਦਾ ਜੋ ਦੌਰ ਹੈ ਉਹ ਅਲੱਗ ਦੌਰ ਹੈ। ਉਦੋਂ ਇਕੱਠੇ ਖੇਡਣਾ, ਇਕੱਠੇ ਜਾਣਾ, ਮਤਲਬ ਬਹੁਤ ਟਾਈਮ ਸੀ ਜੋ ਦੋਸਤ ਇਕੱਠੇ ਬਿਤਾਉਂਦੇ ਸੀ, ਰਾਤ ਨੂੰ 10-12 ਵਜੇ ਤੱਕ ਬੈਠਣਾ। ਉਹਨਾਂ ਗੱਲਾਂ ਦੇ ਕਾਰਨ ਹੀ ਕਈ ਵਾਰ ਇਹੋ ਜਿਹੀ ਸੰਗਤ ਦੇ ਵਿੱਚ ਜਾਂ ਇੱਦਾਂ ਦੇ ਰਾਹ 'ਤੇ ਤੁਰ ਪੈਂਦੇ ਸੀ। ਤਾਂ ਮੰਗਾ ਬਹੁਤ ਹੀ ਤੁਹਾਨੂੰ ਜਿਹੜੀਆਂ ਇਹਨਾਂ ਦੀਆਂ ਸਵਾਦਲੀ ਜਾਂ ਸ਼ਰਾਰਤੀ ਘਟਨਾਵਾਂ ਨੇ, ਹਾਸੇ ਵਾਲੀਆਂ, ਤਾਂ ਤੁਹਾਨੂੰ ਬਹੁਤ ਹੀ ਜ਼ਿਆਦਾ ਉਹਨਾਂ ਦੇ ਵਿੱਚ ਸਵਾਦ ਆਵੇਗਾ, ਪੜ੍ਹਨ ਦੇ ਵਿੱਚ ਰੋਮਾਂਚ ਪੈਦਾ ਹੋਵੇਗਾ। ਬੈਲਪੁਣੇ ਦੇ ਵਿੱਚ ਪੈਰ ਰੱਖਣ ਤੋਂ ਬਾਅਦ ਬਹੁਤ ਸਾਰੀਆਂ ਲੜਾਈਆਂ ਦਾ ਜ਼ਿਕਰ ਹੈ, ਕਬਜ਼ਿਆਂ ਦਾ ਜ਼ਿਕਰ ਹੈ, ਅਤੇ ਇੱਕ ਇੱਦਾਂ ਦੇ ਸੀਨ ਦਾ ਵੀ ਜ਼ਿਕਰ ਹੈ ਕਿ ਇੱਕ ਦੋਸਤ ਹੈ ਯੂਨੀਵਰਸਿਟੀ ਦੇ ਬਾਹਰ ਖੜਿਆ ਹੁੰਦਾ ਅਤੇ ਐਟੋਮੈਟਿਕ ਉਸ ਤੋਂ ਆਪਣੇ ਹੀ ਪਿਸਤੌਲ ਦੀ ਗੋਲੀ ਚੱਲ ਜਾਂਦੀ ਹੈ, ਜਾਣੀ ਕਿ ਪੱਟ ਦੇ ਵਿੱਚ ਲੱਗਦੀ ਹੈ। ਅਤੇ ਫਿਰ ਇਹਨਾਂ ਦੇ ਵਿੱਚ ਫਿਲਮੀ ਸੀਨ ਹਾਵੀ ਹੋ ਜਾਂਦਾ ਅਤੇ ਇੱਕ ਵੈਦ ਹੁੰਦਾ, ਕਹਿੰਦਾ ਵੀ ਚਾਕੂ ਗਰਮ ਕਰੋ, ਚਾਕੂ ਨੂੰ ਗਰਮ ਕਰਦੇ ਨੇ ਅਤੇ ਉਹਦੇ ਨਾਲ ਗੋਲੀ ਕੱਢਣ ਲੱਗ ਜਾਂਦੇ ਨੇ। ਬਟ ਇਹ ਫਿਲਮ 'ਚ ਹੀ ਹੁੰਦਾ ਅਤੇ ਰੀਅਲ ਦੇ ਵਿੱਚ ਇਹ ਚੀਜ਼ਾਂ ਨਹੀਂ ਹੋ ਸਕਦੀਆਂ, ਤਾਂ ਉੱਥੇ ਵੀ ਨਹੀਂ ਹੁੰਦਾ। ਬਟ ਬਹੁਤ ਉੱਦਾਂ ਦਾ ਮਾਹੌਲ ਬਣਦਾ ਜੋ ਪੜ੍ਹ ਕੇ ਇੱਕ ਸਵਾਦਲਾ ਅਨੁਭਵ ਹੁੰਦਾ, ਅਤੇ ਉਸ ਤੋਂ ਬਾਅਦ ਉਹਨੂੰ ਰਜਿੰਦਰਾ ਹੋਸਪਿਟਲ ਦੇ ਵਿੱਚ ਲੈ ਕੇ ਜਾਂਦੇ ਨੇ। ਤਾਂ ਇੱਦਾਂ ਦੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਜਾਂਦਾ ਇਸ ਦੇ ਪਾਠ ਦੇ ਵਿੱਚ। ਕਬੱਡੀ ਪਲੱਸ ਬੈਲਪਣਾ, ਨਸ਼ੇ ਕਰਨਾ ਸੁਭਾਵਿਕ ਜੀ ਗੱਲ ਹੈ, ਅਤੇ ਮੰਗਾ ਵੀ ਇਸ ਚੀਜ਼ ਦਾ ਸ਼ਿਕਾਰ ਹੁੰਦਾ। ਉਹ ਦਾਰੂ ਤੋਂ ਸ਼ੁਰੂਆਤ ਕਰਦਾ ਅਤੇ ਟੀਕਿਆਂ 'ਤੇ ਅੰਤ ਕਰਦਾ। ਇਸ ਦੇ ਵਿਚਾਲੇ ਕਰੈਕਸ, ਸੁਲਫਾ, ਸਮੈਕ, ਫੀਮ, ਭੁੱਕੀ, ਜਿੰਨੇ ਵੀ ਜੋ ਵੀ ਨਸ਼ੇ ਨੇ ਉਹ ਸਾਰੇ ਨਸ਼ੇ ਇਸ ਦੌਰਾਨ ਕਰਦਾ ਹੈ। ਅਤੇ ਟੀਕਿਆਂ ਨਾਲ ਹਾਲਤ ਉਸਦੀ ਇੰਨੀ ਮਾੜੀ ਹੋ ਜਾਂਦੀ ਹੈ ਕਿ ਐਂਡ 'ਤੇ ਉਸਨੂੰ ਨਾੜ ਵੀ ਨਹੀਂ ਲੱਭਦੀ ਟੀਕੇ ਲਾਉਣ ਨੂੰ, ਨਾ ਡਾਕਟਰ ਨੂੰ ਲੱਭਦੀ ਹੈ ਅਤੇ ਨਾ ਹੀ ਮੰਗੇ ਨੂੰ ਲੱਭਦੀ ਹੈ। ਇਸ ਪਾਠ ਦੇ ਵਿੱਚ ਬਹੁਤ ਸਾਰੇ ਕਿੱਸੇ ਨੇ ਅਤੇ ਤੁਹਾਡੇ ਨਾਲ ਉਹਨਾਂ ਦੇ ਵਿੱਚੋਂ ਇੱਕ ਕਿੱਸਾ ਸ਼ੇਅਰ ਕਰਦਾ। ਮੰਗਾ ਆਪਣੇ ਦੋਸਤਾਂ ਨਾਲ ਸ਼ਾਮ ਨੂੰ ਰੱਜ ਲੈਂਦਾ, ਬਿਲਕੁਲ ਸੁਰਤ ਨਹੀਂ ਰਹਿੰਦੀ ਅਤੇ ਸਵੇਰੇ ਉਹਨਾਂ ਤੋਂ ਉੱਠਿਆ ਨਹੀਂ ਜਾਂਦਾ। ਅਤੇ ਜਦੋਂ ਉਹਨਾਂ ਦਾ ਦੋਸਤ ਆਉਂਦਾ ਕਿ ਚਲੋ ਆਪਾਂ ਨੇ ਮੈਚ ਖੇਡਣ ਜਾਣਾ, ਪਰ ਮੰਗੇ ਤੋਂ ਉੱਠਿਆ ਨਹੀਂ ਜਾਂਦਾ, ਤਾਂ ਉਹਦਾ ਇੱਕ ਦੋਸਤ ਹੋਰ ਹੁੰਦਾ, ਉਹ ਉੱਥੇ ਉਹਨੂੰ ਸਮੈਕ ਪਿਲਾਉਂਦਾ। ਅਤੇ ਜਦੋਂ ਸਮੈਕ ਪੀ ਲੈਂਦਾ, ਸਰੀਰ ਪੂਰਾ ਘੋੜੇ ਵਰਗਾ ਹੋ ਜਾਂਦਾ, ਤਾਂ ਉਸ ਤੋਂ ਬਾਅਦ ਉਹ ਹੌਲੀ ਹੌਲੀ ਇਹ ਨਸ਼ਿਆਂ ਦੀ ਦਲਦਲ ਦੇ ਵਿੱਚ ਫਸਦਾ ਜਾਂਦਾ ਹੈ। ਅਤੇ ਨਾਲ ਨਾਲ ਉਹ ਸੋਚਦਾ ਵੀ ਜਾਂਦਾ ਕਿ ਆਪਾਂ ਕਿਹੜਾ ਪੱਕੇ ਨਸ਼ੇੜੀ ਹਾਂ, ਆਪਾਂ ਕਿਹੜਾ ਡੇਲੀ ਕਰਦੇ ਹਾਂ, ਪਰ ਜਿਹੜੀ ਕਦੇ ਕਦੇ ਦੀ ਆਦਤ ਹੁੰਦੀ ਹੈ ਉਹ ਵੀ ਕਿਸੇ ਦਿਨ ਪੱਕੀ ਆਦਤ ਬਣ ਜਾਂਦੀ ਹੈ, ਜੋ ਕਿ ਮੰਗੇ ਦੇ ਨਾਲ ਹੋਇਆ। ਕਹਾਣੀ ਦੇ ਅੰਤ ਦੇ ਵਿੱਚ ਮੰਗਾ ਰੀਅਲ ਹੀਰੋ ਬਣ ਕੇ ਨਿਕਲਦਾ, ਜਾਣੀ ਕਿ ਇਸ ਕੋਟ ਤੋਂ ਪੈਂਡਾ ਛੁਡਾ ਲੈਂਦਾ ਹੈ। ਅਤੇ ਇਸ ਕੋਟ ਨੂੰ ਛੱਡਣ ਦੇ ਲਈ ਸਾਨੂੰ ਕੀ ਕਰਨਾ ਚਾਹੀਦਾ, ਇਹ ਪਾਠਕਾਂ ਨੂੰ ਖੂਬ ਦੱਸਦਾ ਹੈ। ਇਸ ਕੋਟ ਨੂੰ ਛੱਡਣ ਦੇ ਵਿੱਚ ਉਸਦੀ ਪਤਨੀ ਅੰਮ੍ਰਿਤ ਕਿੰਨਾ ਯੋਗਦਾਨ ਪਾਉਂਦੀ ਹੈ, ਉਹ ਸਭ ਦੇਖ ਕੇ ਅਕਲਮੰਦ ਪਾਠਕ ਹਰ ਕੋਈ ਨਸ਼ਾ ਛੱਡਣ ਦੇ ਬਾਰੇ ਜ਼ਰੂਰ ਸੋਚੇਗਾ। ਹੁਣ ਗੱਲ ਕਰਦੇ ਹਾਂ ਕਿਤਾਬ ਦੇ ਮਜ਼ਬੂਤ ਪੱਖ ਦੀ। ਤਾਂ ਇਸਦਾ ਪਹਿਲਾ ਮਜ਼ਬੂਤ ਪੱਖ ਤਾਂ ਇਹੀ ਹੈ ਕਿ ਇਹ ਹੱਡ ਬੀਤੀ ਹੈ, ਯਾਨੀ ਕਿ ਸੱਚੀ ਘਟਨਾਵਾਂ 'ਤੇ ਆਧਾਰਿਤ ਹੈ।
ਦੂਜਾ ਇਸ ਦਾ ਮਜ਼ਬੂਤ ਪੱਖ ਹੈ ਕਿ ਜਿੱਥੇ ਜਿੱਥੇ ਨਸ਼ੇ ਅਤੇ ਬੈਲਪੁਣੇ ਦਾ ਜ਼ਿਕਰ ਹੈ ਉੱਥੇ ਹੀ ਮੰਗੇ ਦੀ ਕਲਮ ਵਿਰੋਧ 'ਚ ਉੱਠੀ ਹੈ, ਜਾਣੀ ਕਿ ਉਸਨੇ ਆਪਣੇ ਆਪ ਨੂੰ ਕੋਸਿਆ, ਇਸ ਚੀਜ਼ ਦੀ ਨਿੰਦਾ ਕੀਤੀ ਹੈ। ਇਸ ਦਾ ਇਹ ਪ੍ਰਭਾਵ ਪੈਂਦਾ ਹੈ ਕਿ ਪਾਠਕ ਦੇ ਉੱਪਰ ਪੋਜ਼ਿਟਿਵ ਪ੍ਰਭਾਵ ਨਹੀਂ ਪੈਂਦਾ, ਨੈਗੇਟਿਵ ਪ੍ਰਭਾਵ ਪੈਂਦਾ, ਉਹ ਇਸ ਦਲਦਲ ਵਿੱਚ ਫਸੇਗਾ ਨਹੀਂ। ਕਈ ਵਾਰ ਲੇਖਕ ਜਾਂ ਫਿਲਮਕਾਰ ਇਹ ਗਲਤੀ ਕਰ ਜਾਂਦੇ ਨੇ ਕਿ ਸਾਰੀ ਫਿਲਮ ਦੇ ਵਿੱਚ ਬੈਲਪਣਾ ਨਸ਼ਾ ਪ੍ਰਮੋਟ ਕਰਦੇ ਰਹਿੰਦੇ ਨੇ ਅਤੇ ਐਂਡ 'ਤੇ ਉਸ ਨੂੰ ਹੀਰੋ ਬਣਾ ਦਿੰਦੇ ਨੇ, ਪਰ ਉਹਦਾ ਜਿਹੜਾ ਪ੍ਰਭਾਵ ਪੈਂਦਾ ਇੱਕ ਦੇਖਣ ਵਾਲੇ 'ਤੇ ਉਹ ਉਸਦਾ ਉਲਟ ਪੈਂਦਾ। ਉਹ ਸੋਚਦਾ ਕਿ ਯਾਰ ਬੈਲਪਣਾ ਦੇ ਵਿੱਚ ਜ਼ਿਆਦਾ ਚੜ੍ਹਾਈ ਹੈ, ਨਸ਼ੇ ਕਰਨ ਦੇ ਨਾਲ ਜ਼ਿਆਦਾ ਤਾਕਤ ਆ ਜਾਂਦੀ ਹੈ, ਐਂਡ 'ਤੇ ਉਹ 15-20 ਮਿੰਟ ਚੀਜ਼ ਨਹੀਂ ਸੋਚੇਗਾ। ਬਟ ਲੇਖਕ ਨੇ ਇੱਥੇ ਉਸ ਨੂੰ ਥਾਂ ਥਾਂ 'ਤੇ ਕੋਸਿਆ, ਜਿਸ ਦਾ ਪ੍ਰਭਾਵ ਹੈ ਇੱਕ ਪਾਠਕ 'ਤੇ ਪੈਂਦਾ ਅਤੇ ਉਹ ਇਸ ਦਲਦਲ ਵਿੱਚ ਕਦੇ ਨਹੀਂ ਫਸੇਗਾ। ਇਹ ਇਸ ਕਿਤਾਬ ਦਾ ਬਹੁਤ ਜ਼ਿਆਦਾ ਮਜ਼ਬੂਤ ਪੱਖ ਹੈ। ਤੀਜਾ ਮਜ਼ਬੂਤ ਪੱਖ, ਨਸ਼ੇ ਵਾਲੇ ਹਿੱਸੇ ਨੂੰ ਮਜ਼ਬੂਤੀ ਦੇ ਨਾਲ ਲਿਖਣਾ। ਇੱਥੇ ਲੇਖਕ ਮੰਗੇ ਦੀ ਕਲਮ ਦੀ ਜ਼ਰੂਰ ਤਾਰੀਫ ਬਣਦੀ ਹੈ। ਪਾਠਕ ਜਦੋਂ ਇਹ ਹਿੱਸਾ ਪੜ੍ਹਦਾ ਉਸਦੇ ਦਿਮਾਗ ਦੇ ਵਿੱਚ ਇਹ ਗੱਲ ਬੈਠ ਜਾਂਦੀ ਹੈ ਕਿ ਨਸ਼ਾ ਛੱਡਣਾ ਕਿਵੇਂ ਹੈ। ਇਹੀ ਇਸ ਕਿਤਾਬ ਦਾ ਮੂਲ ਉਦੇਸ਼ ਵੀ ਹੈ ਕਿ ਕਿਸੇ ਵੀ ਜੋ ਕੁਰਾਹੇ ਪਏ ਹੋਏ ਨੇ, ਚਾਹੇ ਉਹ ਬੈਲਪੁਣੇ ਦੇ ਵਿੱਚ, ਚਾਹੇ ਉਹ ਨਸ਼ਿਆਂ ਦੇ ਵਿੱਚ, ਤਾਂ ਉਹਨਾਂ ਨੂੰ ਦਲਦਲ ਦੇ ਵਿੱਚੋਂ ਕੱਢਣਾ ਹੀ ਇਸ ਕਿਤਾਬ ਦਾ ਮਕਸਦ ਹੈ, ਜੋ ਕਿ ਇਸ ਪਾਠ ਦੇ ਨਾਲ ਉਸਦਾ ਪੂਰਾ ਹੁੰਦਾ ਜਾਪਦਾ। ਕਿਉਂਕਿ ਮੈਨੂੰ ਇਹ ਪੜ੍ਹ ਕੇ ਮਹਿਸੂਸ ਹੋਇਆ ਕਿ ਕੋਈ ਵੀ ਅਕਲਮੰਦ ਇਸ ਪਾਠ ਨੂੰ ਪੜ੍ਹੇਗਾ ਉਹ ਇਹ ਦਲਦਲ ਵਿੱਚ ਨਹੀਂ ਫਸੇਗਾ। ਬਾਕੀ ਜੋ ਲਾਸਟ 'ਤੇ ਕੁਝ ਥੋਟ ਲਿਖੇ ਹੋਏ ਨੇ, ਕੁਝ ਵਿਚਾਰ ਵੀ ਲਿਖੇ ਹੋਏ ਨੇ ਵਿੱਚ ਵਿੱਚ ਇਹ ਕਿੱਸਿਆਂ ਦੇ, ਤਾਂ ਉਹ ਵੀ ਇੱਕ ਪਾਠਕ ਦੇ ਜਾਂ ਇੱਕ ਉਹਦੇ ਦਿਮਾਗ ਦੇ ਵਿੱਚ ਬੈਠ ਜਾਂਦੇ ਨੇ। ਜਿਵੇਂ ਕਿ ਇੱਕ ਥਾਂ 'ਤੇ ਲਿਖਿਆ ਹੋਇਆ ਕਿ ਨਸ਼ਾ ਛੱਡਦੇ ਹੋਏ ਬੈਕਅਪ ਰੱਖਣ ਵਾਲਾ ਕਦੇ ਵੀ ਨਸ਼ਾ ਨਹੀਂ ਛੱਡ ਸਕਦਾ। ਕਿ ਕਈ ਵਾਰ ਇਹ ਹੁੰਦਾ ਕਿ ਜੇ ਜ਼ਿਆਦਾ ਹੀ ਤੋੜ ਲੱਗੀ, ਜ਼ਿਆਦਾ ਹੀ ਮੈਂ ਮਰਨ 'ਤੇ ਹੋਇਆ, ਤਾਂ ਜਿਹੜਾ ਮੇਰਾ ਨਸ਼ਾ ਇੱਕ ਲੁਕੋਇਆ ਹੋਇਆ ਕਿਤੇ ਸਾਂਭਿਆ ਹੋਇਆ ਉਹ ਮੈਂ ਨਸ਼ਾ ਕਰ ਲਵਾਂਗਾ, ਤਾਂ ਜਿਸਦੇ ਮਨ ਦੇ ਵਿੱਚ ਇਹ ਗੱਲ ਬੈਠੀ ਹੋਈ ਹੈ ਉਹ ਕਦੇ ਵੀ ਨਸ਼ਾ ਨਹੀਂ ਛੱਡ ਸਕਦਾ। ਇੱਕ ਹੋਰ ਥਾਂ 'ਤੇ ਲਿਖਦਾ ਹੈ ਕਿ ਨਸ਼ਾ ਮਾਨਸਿਕ ਬਿਮਾਰੀ ਹੈ। ਜ਼ਰੂਰੀ ਨਹੀਂ ਹੈ ਕਿ ਇੱਕ ਵਾਰ ਨਸ਼ਾ ਛੱਡਣ ਤੋਂ ਬਾਅਦ ਤੁਸੀਂ ਦੁਬਾਰੇ ਨਸ਼ਾ ਨਹੀਂ ਕਰਦੇ, ਇਸ ਲਈ ਆਪਦੇ ਮਾਨਸਿਕ ਮਜ਼ਬੂਤੀ ਹਾਸਲ ਕਰਦੇ ਰਹੋ। ਇਹੋ ਜਿਹੇ ਵਿਚਾਰ ਆਪਦੇ ਦਿਮਾਗ ਦੇ ਵਿੱਚ ਰੱਖੋ ਕਿ ਤੁਸੀਂ ਇਹੋ ਜਿਹੀ ਲਾਮਤ ਤੋਂ ਦੂਰ ਰਹੋ। ਜਿਵੇਂ ਬਾਬਾ ਨਾਨਕ ਜੀ ਨੇ ਵੀ ਲਿਖਿਆ ਕਿ ਮਨ ਜਿੱਤੇ ਜੱਗ ਜਿੱਤੇ, ਤਾਂ ਜਿਹੜਾ ਬੰਦਾ ਮਨ ਜਿੱਤਦਾ ਉਹੀ ਇਹੋ ਜਿਹੇ ਵਿਕਾਰਾਂ ਤੋਂ ਦੂਰ ਰਹਿੰਦਾ। ਹੁਣ ਗੱਲ ਕਰਦੇ ਹਾਂ ਕਿਤਾਬ ਦੇ ਕਮਜ਼ੋਰ ਪੱਖ ਦੀ, ਤਾਂ ਮੈਨੂੰ ਇੱਕ ਚੀਜ਼ ਇਹਦੇ ਵਿੱਚ ਕਮਜ਼ੋਰ ਕੜੀ ਲਿਖੀ ਕਿ ਬਚਪਨ ਦੇ ਬਾਰੇ ਜ਼ਿਆਦਾ ਚੀਜ਼ਾਂ ਲਿਖਣਾ, ਤਾਂ ਉੱਥੇ ਕੀ ਹੁੰਦਾ ਕਿ ਉਸਦੇ ਨਾਲ ਲੈਂਥ ਜ਼ਿਆਦਾ ਵੱਧ ਗਈ ਅਤੇ ਉਸਦੇ ਨਾਲ ਜਿਹੜੇ ਸੰਜੀਦਾ ਪਾਠਕ ਨੇ ਉਹਨਾਂ ਨੂੰ ਪੜ੍ਹਨ ਦੇ ਵਿੱਚ ਕੋਈ ਦਿੱਕਤ ਨਹੀਂ ਆਏਗੀ, ਕਿਉਂਕਿ ਉਹਨਾਂ ਦਾ ਪੈਸ਼ ਨਹੀਂ ਹੁੰਦਾ ਕਿਤਾਬਾਂ ਪੜ੍ਹਨਾ। ਪਰ ਜਿਨ੍ਹਾਂ ਦੇ ਲਈ ਇਹ ਕਿਤਾਬ ਲਿਖੀ ਗਈ ਹੈ ਜਾਂ ਜੋ ਇਹ ਕਿਤਾਬ ਪੜ੍ਹਨਾ ਚਾਹੁੰਦੇ ਨੇ, ਜਿਹੜੇ ਪਹਿਲਾਂ ਨਹੀਂ ਕਿਤਾਬਾਂ ਪੜ੍ਹਦੇ, ਤਾਂ ਉਹਨਾਂ ਨੂੰ ਜਿਹੜੇ ਬਚਪਨ ਵਾਲਾ ਪਾਰਟ ਹੈ ਜਾਂ ਸਕੂਲੀ ਜੀਵਨ ਵਾਲਾ ਪਾਰਟ ਹੈ ਉਹ ਉਹਨਾਂ ਨੂੰ ਬੋਰਿੰਗ ਲੱਗੇਗਾ, ਉਹ ਉਹਨਾਂ ਨੂੰ ਅਕੇਵਾਂ ਫੀਲ ਹੋਵੇਗਾ। ਤਾਂ ਮੈਨੂੰ ਇੱਥੇ ਇਹ ਲੱਗਦਾ ਕਿ ਇਹਦੀ ਲੈਂਥ 200 ਪੇਜ ਤੱਕ ਹੋਣੀ ਚਾਹੀਦੀ ਸੀ ਅਤੇ 60-70 ਪੇਜ ਮੈਨੂੰ ਲੱਗਦਾ ਇਹਦੀ ਕਿਤਾਬ ਦੇ ਵਿੱਚ ਜ਼ਿਆਦਾ ਲੇਖਕ ਨੇ ਐਡ ਕਰ ਦਿੱਤੇ ਨੇ, ਅਤੇ ਜਿਨ੍ਹਾਂ ਨਾਲ ਥੋੜ੍ਹੀ ਜਿਹੀ ਕਿਤਾਬ ਦੀ ਲੈਂਥ ਜ਼ਿਆਦਾ ਵੱਧ ਗਈ ਹੈ। ਹੁਣ ਸਵਾਲ ਪੈਦਾ ਹੁੰਦਾ ਕਿ ਜੋ ਪੰਜਾਬੀ ਫਿਲਮ ਬਣ ਰਹੀ ਹੈ, ਜਾਣੀ ਕਿ ਡਾਕੂਆਂ ਦਾ ਮੁੰਡਾ 2 ਫਿਲਮ ਬਣ ਰਹੀ ਹੈ, ਉਸ ਫਿਲਮ ਦੇ ਵਿੱਚ ਇਸ ਕਿਤਾਬ ਤੋਂ ਆਪਾਂ ਨੂੰ ਕੀ ਕੁਝ ਦੇਖਣ ਨੂੰ ਮਿਲੇਗਾ? ਤਾਂ ਮੈਨੂੰ ਲੱਗਦਾ ਕਿ ਜੋ ਬਚਪਨ ਵਾਲਾ ਪਾਰਟ ਹੈ ਉਹ ਬਹੁਤ ਹੀ ਸ਼ਾਰਟ ਦੇ ਵਿੱਚ ਹੋਏਗਾ, ਸ਼ਾਇਦ 1-2 ਮਿੰਟ ਦੇ ਵਿੱਚ ਹੀ ਦਿਖਾਇਆ ਜਾਵੇ, ਅਤੇ ਉਸ ਤੋਂ ਬਾਅਦ ਸਕੂਲੀ ਜੀਵਨ ਜਾਣੀ ਕਿ ਦੇਵ ਖਰੋੜ ਦੀ ਐਂਟਰੀ ਪਹਿਲੇ 5-4 ਮਿੰਟਾਂ ਦੇ ਵਿੱਚ ਹੀ ਦੇਖਣ ਨੂੰ ਮਿਲ ਸਕਦੀ ਹੈ। ਉਸ ਤੋਂ ਬਾਅਦ ਜੋ ਕਬੱਡੀ ਹੈ ਜਾਂ ਜੋ ਉਹਨਾਂ ਦੀਆਂ ਥੋੜ੍ਹੀਆਂ ਬਹੁਤ ਮੇਨ ਸ਼ਰਾਰਤਾਂ ਨੇ ਉਹ ਦੇਖਣ ਨੂੰ ਮਿਲੇਗਾ, ਫਿਰ ਲੜਾਈਆਂ ਅਤੇ ਨਸ਼ੇੜੀ ਵੰਡ 'ਤੇ ਉਹ ਜਿਹੜਾ ਪ੍ਰੋਸੈਸ ਹੈ ਉਸ 'ਤੇ ਜ਼ਿਆਦਾ ਫੋਕਸ ਕੀਤਾ ਜਾਵੇਗਾ, ਅਤੇ ਨਾਲ ਹੀ ਅੰਮ੍ਰਿਤ ਦੀ ਜੋ ਲਵ ਸਟੋਰੀ ਹੈ ਆਪਣੀ ਇਹਦੀ ਪਤਨੀ ਦੇ ਨਾਲ, ਲਵ ਮੈਰਿਜ ਹੀ ਹੁੰਦੀ ਹੈ, ਲਵ ਮੈਰਿਜ ਨਹੀਂ ਅਰੇਂਜ ਮੈਰਿਜ ਹੀ ਕਹਿ ਸਕਦੇ ਹਾਂ, ਕਿਉਂਕਿ ਉੱਦਾਂ ਦਾ ਲਵ ਇਹਦੇ ਕਿਤਾਬ ਦੇ ਵਿੱਚ ਦੇਖਣ ਨੂੰ ਨਹੀਂ ਮਿਲਿਆ, ਪਰ ਫਿਲਮ ਦੇ ਵਿੱਚ ਆਪਾਂ ਨੂੰ ਉਹ ਲਵ ਮੈਰਿਜ ਹੀ ਲੱਗੇਗੀ, ਅਤੇ ਲਵ ਨੂੰ ਵੀ ਜ਼ਿਆਦਾ ਗੀਤਾਂ ਦੇ ਨਾਲ, ਹੋਰ ਚੀਜ਼ਾਂ ਦੇ ਨਾਲ ਉਸ ਨੂੰ ਜ਼ਿਆਦਾ ਟਾਈਮ ਦਿੱਤਾ ਜਾਏਗਾ ਸਕਰੀਨ 'ਤੇ, ਅਤੇ ਉਸ ਤੋਂ ਬਾਅਦ ਨਸ਼ੇੜੀ ਵੰਡ ਤੋਂ ਬਾਅਦ ਨਸ਼ੇੜੀ ਛੱਡਣ ਦੀ ਪ੍ਰਕਿਰਿਆ ਨੂੰ ਐਂਡ ਦੇ ਵਿੱਚ ਦਿਖਾਇਆ ਜਾਵੇਗਾ। ਤਾਂ ਮੈਂ ਉਮੀਦ ਕਰਦਾ ਕਿ ਜੋ ਨਸ਼ਾ ਛੱਡਣ ਦੀ ਪ੍ਰਕਿਰਿਆ ਹੈ ਉਹਨੂੰ ਕਮ ਸੇ ਕਮ ਅੱਧਾ ਘੰਟਾ ਫਿਲਮ ਦੇ ਵਿੱਚ ਦੇਣਾ ਬਣਦਾ। ਇਹ ਨਾ ਹੋਵੇ ਕਿ ਲਾਸਟ ਦੇ ਜੋ 10-15 ਮਿੰਟ ਨੇ ਉਹ ਦੇਣ, ਕਿਉਂਕਿ ਲਾਸਟ ਦੇ 5 ਮਿੰਟ ਸ਼ਾਇਦ ਜੋ ਮਾਸਟਰ ਇਹ ਬਣ ਚੁੱਕੇ ਨੇ ਲੇਖਕ ਤਾਂ ਉਹ ਪਾਰਟ ਵੀ ਦਿਖਾਉਣਗੇ, ਤਾਂ ਹੋ ਸਕਦਾ ਕਿ ਨਸ਼ਾ ਛੱਡਣ ਦੀ ਪ੍ਰਕਿਰਿਆ ਨੂੰ ਥੋੜ੍ਹਾ ਸ਼ਾਰਟ ਦੇ ਵਿੱਚ ਦਿਖਾਉਣ, ਕਿਉਂਕਿ ਫਿਲਮਾਂ ਵਾਲੇ ਇਹ ਚੀਜ਼ਾਂ ਕਰਦੇ ਨੇ, ਉਹਨਾਂ ਦਾ ਮੇਨ ਮਕਸਦ ਹੁੰਦਾ ਜੋ ਪੈਸੇ ਅਰਨਿੰਗ ਹੀ ਹੁੰਦਾ, ਇਹ ਨਹੀਂ ਹੁੰਦਾ ਕਿ ਮੈਸੇਜ ਦੇਈਏ। ਮੈਸੇਜ ਕਿਤਾਬਾਂ ਵਾਲੇ ਜ਼ਿਆਦਾ ਦਿੰਦੇ ਨੇ, ਮੈਂ ਡਾਇਰੈਕਟ ਹੀ ਬੋਲਾਂਗਾ ਕਿ ਕਿਤਾਬਾਂ ਵਾਲੇ ਮੈਸੇਜ ਜ਼ਿਆਦਾ ਦਿੰਦੇ ਨੇ ਅਤੇ ਜੋ ਫਿਲਮਾਂ ਵਾਲੇ ਹੁੰਦੇ ਨੇ ਉਹ ਮਨੋਰੰਜਨ ਪਰਪਜ਼ ਲਈ ਹੁੰਦੇ ਨੇ। ਇਸਦਾ ਇੱਕ ਹੋਰ ਵੀ ਫਰਕ ਹੈ ਕਿ ਫਿਲਮ 'ਤੇ ਪੈਸਾ ਬਹੁਤ ਲੱਗ ਜਾਂਦਾ, ਕਿਤਾਬ ਤਾਂ 10-15 ਹਜ਼ਾਰ, 20 ਹਜ਼ਾਰ, 50 ਹਜ਼ਾਰ 'ਚ ਛਪ ਜਾਂਦੀ ਹੈ, ਜਿੰਨੀ ਵੀ ਤੁਸੀਂ ਨੇ ਛਪਾਉਣੀ, ਉਸ ਤੋਂ ਬਾਅਦ ਉਹਦੇ ਵਿੱਚ ਅਰਨਿੰਗ ਹੋਣ ਲੱਗ ਜਾਂਦੀ ਹੈ। ਪਰ ਜਿਹੜੀ ਇੱਕ ਫਿਲਮ ਹੁੰਦੀ ਹੈ ਉਹ ਕਰੋੜਾਂ ਦੇ ਹਿਸਾਬ ਨਾਲ ਉਸ 'ਤੇ ਇਨਵੈਸਟਮੈਂਟ ਹੁੰਦੀ ਹੈ, ਅਤੇ ਕੋਈ ਵੀ ਨਹੀਂ ਚਾਹੁੰਦਾ ਕਿ ਅਸੀਂ ਮੈਸੇਜ ਬਣਾ ਬਣਾ ਕੇ, ਅਤੇ ਦਰਸ਼ਕ ਇਹ ਮੈਸੇਜ ਦੇਖਣਾ ਵੀ ਨਹੀਂ ਚਾਹੁੰਦੇ ਕਿ ਸਾਰੀ ਫਿਲਮ ਦੇ ਵਿੱਚ ਹੀ ਆਪਾਂ ਨੂੰ ਕੋਈ ਵਿਦਵਾਨਾਂ ਵਾਂਗੂ ਕੋਈ ਪ੍ਰਚਾਰ ਦੀ ਜਾਵੇ, ਕੋਈ ਭਾਸ਼ਣ ਦੀ ਜਾਵੇ। ਤਾਂ ਦਰਸ਼ਕ ਮਨੋਰੰਜਨ ਚਾਹੁੰਦੇ ਨੇ, ਬੈਲਪੁਣਾ ਚਾਹੁੰਦੇ ਨੇ,
ਤੇ ਥੋੜਾ ਬਹੁਤ ਨਸ਼ਿਆਂ ਵਾਲੇ ਚਾਹੁੰਦੇ ਨੇ ਤਾਂ ਉਦਾਂ ਦੀ ਹੀ ਫਿਲਮ ਬਣਾਈ ਜਾਂਦੀ ਹੈ ਤਾਂ ਉਦਾਂ ਦੀ ਹੀ ਇਹ ਫਿਲਮ ਹੋ ਸਕਦੀ ਹੈ। ਜੇ ਤੁਸੀਂ ਨੇ ਪੂਰੀ ਹੀ ਇਸ ਕਿਤਾਬ ਤੋਂ ਜਾਂ ਇਸ ਸਬਜੈਕਟ ਦੀ ਸਿੱਖਿਆ ਲੈਣੀ ਹੈ ਜਾਂ ਨਸ਼ੇ ਛੱਡਣੇ ਕਿਵੇਂ ਨੇ ਤਾਂ ਤੁਹਾਡਾ ਜੋ ਪਹਿਲਾ ਪਰਪਜ਼ ਹੋਣਾ ਚਾਹੀਦਾ ਉਹ ਕਿਤਾਬ ਪੜ੍ਹਨ ਦਾ ਹੋਣਾ ਚਾਹੀਦਾ। ਸੈਕਿੰਡ 'ਤੇ ਤੁਸੀਂ ਫਿਲਮ ਦੇ ਸਕਦੇ ਹੋ, ਫਿਲਮ ਇੱਕ ਮਨੋਰੰਜਕ ਹੀ ਹੋਊਗੀ ਇਹ ਮੈਨੂੰ ਉਮੀਦ ਹੈ ਅਤੇ ਲਗਭਗ 100% ਇਹੀ ਹੋਊਗੀ। ਹੁਣ ਗੱਲ ਕਰਦੇ ਹਾਂ ਕਿ ਕਿਹੜੇ ਪਾਤਰ ਨੇ ਜੋ ਕਿਤਾਬ ਦੇ ਜੋ ਫਿਲਮ ਦੇ ਵਿੱਚ ਸਾਨੂੰ ਦੇਖਣ ਨੂੰ ਮਿਲ ਸਕਦੇ ਨੇ ਤਾਂ ਮੰਗੇ ਦੇ ਮੰਮੀ ਡੈਡੀ ਅਤੇ ਉਹਨਾਂ ਦੀ ਪਤਨੀ ਅੰਮ੍ਰਿਤ, ਉਸ ਤੋਂ ਬਾਅਦ ਸਰਬ ਭੈਣ, ਬਲਰਾਜ ਠੱਗ, ਸਿਕੰਦਰ, ਪੱਪਾ, ਅਜਿਹੇ ਕੁਝ ਪਾਤਰ ਨੇ ਜੋ ਫਿਲਮ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲ ਸਕਦੇ ਨੇ। ਕੋਸ਼ਿਸ਼ ਰਹੇਗੀ ਜਿਸ ਦਿਨ ਵੀ ਫਿਲਮ ਰਿਲੀਜ਼ ਹੁੰਦੀ ਹੈ ਪਹਿਲਾਂ ਹੀ ਸ਼ੋਅ ਦੇਖਣ ਦੀ, ਅਤੇ ਚਾਹੇ ਉਹ ਔਨਲਾਈਨ ਹੋਵੇ ਚਾਹੇ ਉਹ ਆਫਲਾਈਨ ਹੋਵੇ, ਕਿਉਂਕਿ ਦੇਵ ਕਰੌੜ ਦੀ ਐਕਟਿੰਗ ਨੂੰ ਵੀ ਮੈਂ ਪਸੰਦ ਕਰਦਾ ਅਤੇ ਜੋ ਉਹਨਾਂ ਨੇ ਫਿਲਮ ਬਣਾਈ ਸੀ ਡਾਕੂਆਂ ਦਾ ਮੁੰਡਾ ਉਹ ਵੀ ਮੈਨੂੰ ਬਹੁਤ ਵਧੀਆ ਲੱਗੀ ਸੀ, ਪਰ ਕਿਤਾਬਾਂ ਨੂੰ ਮੈਂ ਜ਼ਿਆਦਾ ਤਰਜੀਹ ਦਿੰਦਾ ਫਿਲਮਾਂ ਤੋਂ, ਫਿਲਮ ਮੇਰੀ ਸੈਕਿੰਡ ਰਹਿੰਦੀ ਹੈ। ਤਾਂ ਤੁਹਾਨੂੰ ਵੀ ਇਹੀ ਕਹਿਣਾ ਜੇ ਦੁਬਾਰਾ ਫਿਰ ਮੈਂ ਬੇਨਤੀ ਕਰਦਾ ਕਿ ਜੇ ਤੁਸੀਂ ਨਸ਼ਿਆਂ ਦੇ ਕੋਟ ਤੋਂ ਛੁਟਕਾਰਾ ਪਾਉਣਾ ਜਾਂ ਇਸ ਦੀ ਦਲਦਲ ਵਿੱਚ ਅਜੇ ਫਸੇ ਨਹੀਂ, ਅਜੇ ਤੁਸੀਂ ਯੰਗ ਹੋ, 14-15 ਸਾਲ ਦੀ ਏਜ ਹੈ, ਤਾਂ ਵੀ ਇਹ ਕਿਤਾਬ ਨੂੰ ਜ਼ਰੂਰ ਪੜ੍ਹੋ, ਕਿਉਂਕਿ ਜਦੋਂ ਨਸ਼ਾ ਅਤੇ ਬੈਲਪੁਣਾ ਸਭ ਨੂੰ ਟੱਚ ਕਰਦਾ, ਸਭ ਨੂੰ ਲੱਗਦਾ ਕਿ ਯਾਰ ਬੈਲਪੁਣਾ ਤਾਂ ਹੋਵੇ, ਮੇਰੇ ਨਾਲ 7-8 ਮੁੰਡੇ ਤਾਂ ਨਾਲ ਖੜ੍ਹੇ ਹੋਣ ਜੋ ਕਿ ਪਹਿਲੇ ਹੀ ਬੋਲਦੇ ਆ ਜਾਣ, ਕਿਉਂਕਿ ਅੱਜ ਕੱਲ੍ਹ ਗਰਮ ਖੂਨ ਹੈ ਸਭ ਦਾ, ਅਤੇ ਗਰਮ ਖੂਨ ਕੀ ਚਿੜਚਿੜਾਪਣ ਹੋਇਆ ਪਿਆ, ਫਰਸਟ੍ਰੇਸ਼ਨ ਸਭ ਦੇ ਵਿੱਚ ਹੈ, ਥੋੜ੍ਹਾ ਜਿਹਾ ਵੀ ਕੋਈ ਉੱਧਰੋਂ ਬੋਲਦਾ ਅਤੇ ਨਾਲ ਦੀ ਨਾਲ ਆਪਾਂ ਰਿਸਪੋਂਸ ਕਰ ਦਿੰਦੇ ਹਾਂ ਅਤੇ ਉਹਦੇ ਹੀ ਆਪਾਂ ਯਾਰ ਵੈਲਿਆਂ ਨੂੰ ਫੋਨ ਮਾਰ ਦਿੰਦੇ ਹਾਂ, ਤਾਂ ਇਹ ਜਿਹੀਆਂ ਛੋਟੀਆਂ ਛੋਟੀਆਂ ਘਟਨਾਵਾਂ ਹੀ ਵੱਡੀ ਦਲਦਲ ਦੇ ਵਿੱਚ ਫਸਾਉਂਦੀਆਂ ਨੇ। ਤਾਂ ਇਹਨਾਂ ਤੋਂ ਦੂਰ ਰਹੋ, ਲੜਾਈਆਂ ਤੋਂ ਦੂਰ ਰਹੋ, ਨਸ਼ਿਆਂ ਤੋਂ ਦੂਰ ਰਹੋ, ਕਿਉਂਕਿ 1 ਮਿੰਟ ਦਾ ਸਵਾਦ, 2 ਮਿੰਟ ਦਾ ਸਵਾਦ, 1 ਦਿਨ ਦਾ ਸਵਾਦ ਇਹ ਤੁਹਾਨੂੰ ਗਹਿਰੀ ਦਲਦਲ ਦੇ ਵਿੱਚ ਫਸਾ ਦਿੰਦਾ ਹੈ। ਤਾਂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਇੰਨਾ ਹੀ, ਅਤੇ ਇਹ ਦੱਸ ਦਿਓ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਜਾਂ ਇਹਦੇ ਵਿੱਚ ਕੀ ਕਮੀਆਂ ਲੱਗੀਆਂ, ਫੀਡਬੈਕ ਜ਼ਰੂਰ ਦੇਣਾ। ਜੇਕਰ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਆਪਣੇ ਦੋਸਤਾਂ ਦੇ ਵਿੱਚ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਕਿਤਾਬ ਦਾ ਰਿਵਿਊ ਲੈ ਕੇ। ਤਦ ਤੱਕ ਦੇ ਲਈ ਜ਼ਿੰਦਗੀ ਜ਼ਿੰਦਾਬਾਦ।